ਬਾਹਰ ਨਹੀਂ ਨਿਕਲ ਕੇ ਹੁੰਦੀ ਜਿੱਦਾਂ ਕਿਸੇ ਦੀ ਵਾਈਟ ਲਈ ਜਾਵੇ ਤੇ ਗੱਡੀ ਫਸ ਗਈ ਨਿਕਲਿਆ ਨਹੀਂ ਕਰਦੇ। ਨਮਸਕਾਰ ਦੋਸਤੋ, ਮੈਂ ਅਸ਼ੋਕ ਚੋਪੜਾ, ਤੁਸੀਂ ਦੇਖ ਰਹੇ ਹੋ ਸਿਟੀ ਹਲਚਲ। ਲਾਈਵ ਤਸਵੀਰਾਂ ਲੈ ਕੇ ਹਾਜ਼ਰ ਹਾਂ ਜੀ ਤੁਹਾਨੂੰ ਨੰਗਲ ਤੋਂ, ਜਿੱਥੇ ਅਜੋਲੀ ਮੋੜ ਤੋਂ ਜਿਹੜਾ ਫਲਾਈਓਵਰ ਚੜ੍ਹਦਾ ਉੱਪਰ ਨੂੰ, ਫਲਾਈਓਵਰ 'ਤੇ ਤੁਸੀਂ ਆਹ ਦੇਖ ਸਕਦੇ ਹੋ ਪਾਣੀ, ਭਾਰੀ ਮਾਤਰਾ ਜਿੱਥੇ ਪਾਣੀ ਜਮ੍ਹਾਂ ਹੈ। ਇੱਕ ਬੱਸ, ਇੱਕ ਇਨੋਵਾ ਗੱਡੀ ਅਤੇ ਇੱਕ ਮੋਟਰਸਾਈਕਲ, ਇਹ ਪਾਣੀ ਦੇ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਆ, ਤੁਸੀਂ ਦੇਖ ਸਕਦੇ ਹੋ। ਲਾਈਵ ਤਸਵੀਰਾਂ ਜ਼ੂਮ ਕਰਕੇ ਦਿਖਾ ਰਿਹਾ ਤੁਹਾਨੂੰ ਕਿੰਨਾ ਪਾਣੀ ਹੈ। ਤੁਸੀਂ ਇਹ ਦੇਖ ਸਕਦੇ ਹੋ ਕਿ ਜਿਹੜੇ ਇਨੋਵਾ ਗੱਡੀ ਦੇ ਟਾਇਰ ਹੈ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਹੈ, ਟਾਇਰਾਂ ਤੋਂ ਉੱਪਰ ਤੱਕ ਪਾਣੀ ਆ ਚੁੱਕਾ। ਅਤੇ ਇੱਕ ਬੱਸ ਜਿਹੜੀ ਹਿਮਾਚਲ ਰੋਡਵੇਜ਼ ਦੀ ਹੈ ਇਹ ਫਸ ਚੁੱਕੀ ਹੈ। ਆਹ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਲੱਖ ਲੱਖ ਤੱਕ ਪਾਣੀ ਇੱਥੇ ਜਮ੍ਹਾਂ ਹੋਇਆ ਪਿਆ। ਉਹ ਬੰਦਾ ਇਹ ਲਾਈਵ ਤਸਵੀਰਾਂ ਤੁਸੀਂ ਨੰਗਲ 'ਤੇ ਦੇਖ ਸਕਦੇ ਹੋ। ਪ੍ਰਾਈਮੋ ਕੈਮੀਕਲ ਚੌਂਕ, ਜਿਹਨੂੰ ਮਨੀਮ ਚੌਂਕ ਦੇ ਨਾਂ 'ਤੇ ਲੈਂਦੇ ਆ, ਇੱਥੋਂ ਫਲਾਈਓਵਰ ਚੜ੍ਹਦਾ। ਫਲਾਈਓਵਰ 'ਤੇ ਤੁਸੀਂ ਦੇਖ ਸਕਦੇ ਹੋ ਪਾਣੀ ਕਿੰਨੀ ਭਾਰੀ ਮਾਤਰਾ 'ਚ ਇੱਥੇ ਜਮ੍ਹਾਂ। ਸੜਕ ਦੇ ਵਿੱਚੋਂ ਵਿੱਚ ਲੱਗਦਾ ਹੀ ਨਹੀਂ ਹੈ ਕਿ ਸੜਕ ਹੈ ਕਿ ਇਹ ਤਲਾਬ ਹੈ। ਇੱਕ ਐੱਚ ਆਰ ਟੀ ਸੀ ਬੱਸ, ਇੱਕ ਇਨੋਵਾ ਗੱਡੀ, ਤੁਸੀਂ ਆਹ ਲਾਈਵ ਤਸਵੀਰਾਂ ਦੇਖ ਸਕਦੇ ਹੋ ਪਾਣੀ 'ਚ ਫਸ ਕੇ ਬੰਦ ਹੋ ਚੁੱਕੀਆਂ। ਅਤੇ ਲੋਕ ਹੁਣ ਹੋਰ ਰਸਤੇ ਤੋਂ ਆਉਣਾ ਜਾਣਾ ਪਸੰਦ ਕਰਦੇ। ਬਾਰਿਸ਼ ਜ਼ੋਰਦਾਰ ਹੈ ਜੀ, ਉਸ ਤੋਂ ਬਾਅਦ ਤੁਸੀਂ ਆਹ ਲਾਈਵ ਤਸਵੀਰਾਂ ਦੇਖ ਸਕਦੇ ਹੋ। ਇੱਕ ਬੱਸ ਅਤੇ ਇੱਕ ਇਨੋਵਾ ਗੱਡੀ, ਇਹ ਸੜਕ 'ਚ ਜਮ੍ਹਾਂ ਜਿਹੜਾ ਪਾਣੀ ਹੋਇਆ ਸੀ ਉਹ 'ਚ ਫਸ ਚੁੱਕੀਆਂ, ਗੱਡੀਆਂ ਬੰਦ ਹੋ ਚੁੱਕੀਆਂ। ਅਤੇ ਬਿਲਕੁਲ ਸਾਡੀ ਹਲਚਲ ਵੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ ਕਿ ਅਗਰ ਸੜਕ ਦੇ ਵਿੱਚ ਪਾਣੀ ਕਾਫੀ ਮਾਤਰਾ 'ਚ ਜਮ੍ਹਾਂ ਹੈ, ਆਪਣੀ ਜਾਨ ਜੋਖਮ 'ਚ ਪਾਉਣ ਤੋਂ ਬਿਹਤਰ ਤੁਸੀਂ ਇੱਕ ਕੋਨੇ 'ਤੇ ਖੜ੍ਹ ਜਾਓ, ਖੜ੍ਹ ਕੇ ਥੋੜ੍ਹਾ ਦਿਨ ਪਾਣੀ ਉਤਰਨ ਦਾ ਇੰਤਜ਼ਾਰ ਕਰੋ। ਤੇ ਬਿਲਕੁਲ ਜੀ, ਲਾਈਵ ਤਸਵੀਰਾਂ ਨੰਗਲ ਦੇ ਪ੍ਰਾਈਮੋ ਕੈਮੀਕਲ ਚੌਂਕ, ਜਿਹਨੂੰ ਮਨੀਮ ਚੌਂਕ ਵੀ ਕਿਹਾ ਜਾਂਦਾ ਸੀ, ਉੱਥੋਂ ਜਿਹੜਾ ਫਲਾਈਓਵਰ ਚੜ੍ਹਦਾ ਉਨੇ ਵਾਸਤੇ, ਉੱਥੇ ਤੁਸੀਂ ਦੇਖ ਸਕਦੇ ਹੋ ਕਾਫੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਸੜਕ ਦੇ ਵਿੱਚ ਜਮ੍ਹਾਂ ਹੈ, ਜਿਹਦੇ ਕਰਕੇ ਇੱਕ ਇਨੋਵਾ ਗੱਡੀ ਇੱਕ ਜ਼ੋਰਦਾਰ ਬਾਰਿਸ਼ ਹੈ ਜੀ। ਸੜਕਾਂ ਤਲਾਬ ਦਾ ਰੂਪ ਧਾਰਨ ਕਰ ਚੁੱਕੀਆਂ, ਨੈੱਟ ਦੀ ਵੀ ਪ੍ਰੋਬਲਮ ਆ ਰਹੀ ਹੈ, ਨੈੱਟ ਵਾਰ ਵਾਰ ਬੰਦ ਹੋ ਰਿਹਾ। ਲੇਕਿਨ ਫਿਰ ਵੀ ਬਾਵਜੂਦ ਇਹਦੇ ਜਿੰਨਾ ਕੁ ਹੋ ਸਕਦਾ ਮੈਂ ਤੁਹਾਨੂੰ ਦੁਕਾਨ ਦੀ ਕੋਸ਼ਿਸ਼ ਕਰਦਾ। ਦੇਖੋ ਮੈਂ ਜ਼ੂਮ ਕਰਕੇ ਦੱਸਿਆ ਸੜਕ 'ਚ ਪਾਣੀ ਕਿੰਨਾ ਹੈ। ਇਹ ਕੋਈ ਤਲਾਬ ਨਹੀਂ, ਸੜਕ ਹੈ ਜਿਹੜੀ ਫਲਾਈਓਵਰ ਤੋਂ ਉੱਪਰੋਂ ਚੜ੍ਹਦੀ ਸੀਗੀ। ਅਤੇ ਤੁਸੀਂ ਦੇਖ ਸਕਦੇ ਹੋ ਇਨੋਵਾ ਗੱਡੀ ਕਿੰਨੀ ਪਾਣੀ ਦੇ ਵਿੱਚ ਧਸ ਚੁੱਕੀ ਹੈ, ਅਤੇ ਇਹ 'ਚ ਐੱਚ ਆਰ ਟੀ ਸੀ ਬੱਸ ਜਿਹੜੀ ਹੈ ਉਹ ਪਾਣੀ ਦੇ ਵਿੱਚ ਫਸੀ ਹੋਈ ਹੈ। ਹਾਲਾਂਕਿ ਕੁਛ ਲੋਕ ਧੱਕਾ ਲਾ ਕੇ ਬੱਸ ਨੂੰ ਕੱਢਣ ਦਾ ਪ੍ਰਯਾਸ ਵੀ ਕਰ ਰਿਹਾ ਹੈ। ਅਤੇ ਇਹ ਤੁਸੀਂ ਬੰਦਾ ਦੇਖ ਸਕਦੇ ਹੋ, ਇਹ ਦੇਖੋ ਕਿੰਨਾ ਪਾਣੀ ਹੈਗਾ ਸੜਕ ਦੇ ਵਿੱਚ। ਇਹ ਹਾਲਾਂਕਿ
ਇੱਕ ਕੋਨੇ ਤੇ ਆ, ਅਗਰ ਇਹ ਵਿੱਚ ਜਾਊਗਾ ਸੜਕ ਦੇ ਗੱਬੇ ਜਾਊਗਾ ਤੇ ਪਾਣੀ ਬਹੁਤ ਜ਼ਿਆਦਾ ਲੱਕ ਤੱਕ ਪਾਣੀ ਇਹਦੇ ਵਿੱਚ ਹੈਗਾ। ਆ ਤੁਸੀਂ ਲਾਈਵ ਤੇ ਵੀ ਦੇਖ ਸਕਦੇ ਹੋ ਕਿ ਕੁਛ ਲੋਕ ਬੱਸ ਨੂੰ ਧੱਕਾ ਮਾਰ ਕੇ ਕੱਢਣ ਦਾ ਪ੍ਰਯਾਸ ਕਰ ਰਿਹਾ, ਕਿਉਂਕਿ ਕਾਫੀ ਸਵਾਰੀਆਂ ਬੱਸ ਦੇ ਵਿੱਚ ਹੋਣੀਆਂ ਹੈ। ਤੇ ਆਪਾਂ ਵੀ ਤੁਹਾਨੂੰ ਅਪੀਲ ਕਰਦੇ ਹਾਂ, ਸਿਟੀ ਹਲਚਲ ਆਪਣੇ ਦਰਸ਼ਕਾਂ ਨੂੰ ਅਪੀਲ ਕਰਦਾ, ਅਗਰ ਤੁਸੀਂ ਕਿਸੇ ਸੜਕ 'ਚ ਪਾਣੀ ਖੜ੍ਹਾ ਦੇਖਦੇ ਹੋ ਤਾਂ ਇੰਤਜ਼ਾਰ ਕਰੋ ਪਾਣੀ ਨੂੰ ਖਤਮ ਹੋਣ ਦਾ, ਜਾਂ ਕੋਈ ਹੋਰ ਰਸਤਾ ਤੁਸੀਂ ਅਪਣਾ ਸਕਦੇ ਹੋ, ਲੇਕਿਨ ਜਾਨ ਜੋਖਮ 'ਚ ਪਾਉਣ ਦੀ ਕੋਈ ਜ਼ਰੂਰਤ ਨਹੀਂ। ਗੱਡੀ ਖਰਾਬ ਹੋ ਸਕਦੀ ਹੈ, ਕੁਛ ਹੋਰ ਹੋ ਸਕਦਾ ਹੈ, ਅਤੇ ਬਿਲਕੁਲ ਅਤੇ ਦਰਸ਼ਕ ਸਾਡੇ ਨਾਲ ਕਿੱਥੇ ਕਿੱਥੋਂ ਜੁੜੇ ਆ ਬਿਲਕੁਲ ਦੱਸ ਸਕਦੇ ਆ, ਆਪਣੇ ਇਲਾਕੇ ਦਾ ਮੌਸਮ ਦੱਸ ਸਕਦੇ ਆ ਕਿੱਦਾਂ ਦੇ ਹਾਲਾਤ ਹੈ ਮੌਸਮ ਦੇ। ਕਿਉਂਕਿ ਪਾਣੀ ਇੰਨਾ ਜਮ੍ਹਾਂ ਸੀ ਅਤੇ ਇੱਕ ਕੋਨੇ 'ਤੇ ਮੈਂ ਵੀ ਖੜ੍ਹ ਗਿਆ ਜਿੱਥੇ ਪਾਣੀ ਨਹੀਂ ਸੀਗਾ। ਅਗਰ ਮੈਂ ਵੀ ਇਸੇ ਤਰ੍ਹਾਂ ਲਾਪਰਵਾਹੀ ਕਰਦਾ ਤਾਂ ਬਿਲਕੁਲ ਗੱਡੀ ਮੇਰੀ ਵੀ ਫਸ ਸਕਦੀ ਸੀਗੀ। ਇਹ ਦੇਖੋ ਤੁਸੀਂ ਲੋਕ ਧੱਕਾ ਲਾ ਕੇ ਕੱਢਣ ਦੀ ਗੱਡੀ ਨੂੰ ਕੋਸ਼ਿਸ਼ ਕਰ ਰਹੇ ਆ। ਓਏ ਬੜੀ ਮਾੜੇ ਮੋਬਾਈਲ 'ਚ ਬੜਾ ਵੀ ਅੱਧਾ ਕਰਕੇ ਬਣਾਈ ਪਹੁੰਚ ਨਹੀਂ ਬਣਦੀ ਬਣਾਉਣੀ। ਦੇਖੋ ਇਨੋਵਾ ਨੂੰ ਤਾਂ ਲੋਕਾਂ ਨੇ ਧੱਕਾ ਮਾਰ ਕੇ ਕੱਢਣ ਦਾ ਪ੍ਰਯਾਸ ਕੀਤਾ ਸੀ, ਕਾਫੀ ਅੱਗੇ ਤੱਕ ਲੈ ਚੁੱਕੇ ਆ, ਲੇਕਿਨ ਲੋਕਾਂ ਦੇ ਤੁਸੀਂ ਲੱਕ ਲੱਕ ਤੱਕ ਪਾਣੀ ਦੇਖ ਸਕਦੇ ਹੋ। ਮੇਰਾ ਕੈਮਰਾ ਦਿਖ ਰਿਹਾ ਹੋਵੇਗਾ ਬਿਲਕੁਲ ਜੀ, ਲਾਈਵ ਤਸਵੀਰਾਂ। ਇੱਕ ਵਾਰੀ ਫਿਰ ਮੈਂ ਤੁਹਾਨੂੰ ਜਾਂਦੇ ਦੱਸ ਦੇਵਾਂ ਕਿ ਨੰਗਲ ਦੇ ਪ੍ਰਾਈਮੋ ਕੈਮੀਕਲ ਚੌਂਕ, ਜਿੱਥੇ ਜਿਹਨੂੰ ਆਪਾਂ ਮੁਨੀਮ ਚੌਂਕ ਨਾਲ ਵੀ ਜਾਣਦੇ ਸੀ, ਉੱਥੋਂ ਜਿਹੜਾ ਫਲਾਈਓਵਰ ਚੜ੍ਹਦਾ, ਫਲਾਈਓਵਰ ਦੇ ਵਿੱਚ ਪਾਣੀ ਜਿਹੜਾ ਹੈ ਭਾਰੀ ਮਾਤਰਾ 'ਚ ਜਿਹੜਾ ਜਮ੍ਹਾਂ ਹੋ ਚੁੱਕਾ ਫਲਾਈਓਵਰ ਦੀ ਸੜਕ 'ਤੇ, ਸੜਕ ਤਲਾਬ ਦਾ ਰੂਪ ਧਾਰਨ ਕਰ ਚੁੱਕੀ ਹੈ। ਤੁਸੀਂ ਦੇਖ ਸਕਦੇ ਹੋ ਇਨੋਵਾ ਗੱਡੀ ਫਸੀ ਹੋਈ ਸੀਗੀ ਅਤੇ